ਦਸੂਹਾ ਪੁਲਿਸ ਨੇ ਚੋਰੀ ਦੇ ਵਹੀਕਲਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਦਸੂਹਾ ਜਗਦੀਸ਼ ਰਾਜ ਨੇ ਦੱਸਿਆ ਕਿ ਦਸੂਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰੀ ਦੇ ਵਹੀਕਲਾਂ ਸਮੇਤ ਦੋ ਦੋਸ਼ੀ ਬਲਜੀਤ ਸਿੰਘ ਉਰਫ ਸ਼ੈਲੀ ਅਤੇ ਮੁਨੀਮ ਕੁਮਾਰ ਉਕਸਾਨਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ 7 ਚੋਰੀ ਦੇ ਵਹੀਕਲ, ਜਿਨ੍ਹਾਂ 'ਚੋਂ 2 ਐਕਟਿਵਾ ਅਤੇ 5 ਮੋਟਰਸਾਈਕਲ ਸ਼ਾਮਲ ਹਨ ਅਤੇ 1 ਇਨਵੈਟਰ ਬੈਟਰਾ ਵੀ ਮਿਲੇ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ 1 ਅਤੇ 8 ਅਤੇ ਦੂਜੇ 3 ਮੁਕੱਦਮੇ ਦਰਜ ਹਨ। ਸਰ, ਜਿਹੜੇ ਅੱਜ ਮੋਟਰਸਾਈਕਲ ਚੋਰ ਫੜ ਗਏ, ਉਹਨਾਂ ਬਾਰੇ ਕੀ ਜਾਣਕਾਰੀ ਹੈਗੀ? ਸਾਡੇ ਜ਼ਿਲ੍ਹੇ ਦੇ ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ, SPD ਸਰਦਾਰ ਸਰਬਜੀਤ ਸਿੰਘ ਬਾਈਆ ਜੀ ਦੇ ਦਿਸ਼ਾ ਨਿਰਦੇਸ਼ਾਂ ਵਾਲੀ ਜਿਹੜੀ ਸਪੈਸ਼ਲ ਕੰਪੇਨ ਭੈਰੇ ਅੰਸਰ ਖਿਲਾਫ਼ ਚਲਾਈ ਗਈ ਹੈ। ਥਾਣਾ ਦਸੂਹਾ ਦੇ SHO ਹਰਪ੍ਰੇਮ ਸਿੰਘ ਹੋਣਾ ਦੀ ਮਿਹਨਤ ਸਫਲਤਾ ਬਹੁਤ ਵੱਡੀ ਪ੍ਰਾਪਤੀ ਹੋਈ ਹੈ। 2 ਲੜਕੇ ਅਸੀਂ ਗ੍ਰਿਫਤਾਰ ਕੀਤੇ ਨੇ, ਜਿਹਨਾਂ ਦੇ ਕੋਲੋਂ 7 ਵਹੀਕਲ, ਜਿਹਨਾਂ ਵਿੱਚ 2 ਐਕਟਿਵਾ ਅਤੇ 5 ਮੋਟਰਸਾਈਕਲ ਨੇ। 1 ਜਿਹੜਾ ਇਨਵਰਟਰ ਦੀ ਜਿਹੜਾ ਵੱਡਾ ਬੈਟਰੀ ਹੁੰਦਾ ਉਹ ਬਰਾਮਦ ਕੀਤਾ ਗਿਆ। ਦੋਨਾਂ ਹੀ ਮੁਜ਼ਰਮਾਂ ਨੂੰ ਅਰੈਸਟ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਹੋ ਸਕਦੀ ਹੈ। ਇਹ ਜਿਹੜੇ ਮੁਜ਼ਰਮ ਅਰੈਸਟ ਕੀਤੇ ਨੇ, ਇਹਦੇ 1 ਦੇ ਖਿਲਾਫ਼ ਪਹਿਲਾਂ ਹੀ 8 ਮੁਕੱਦਮੇ ਦਰਜ ਨੇ ਚੋਰੀ ਦੇ, ਐਂਡ ਦੂਜੇ ਦੇ ਖਿਲਾਫ਼ ਜਿਹੜੇ 3 ਮੁਕੱਦਮੇ ਦਰਜ ਨੇ।